ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਕੱਲ ਯਾਨੀ ਕਿ 2 ਅਗਸਤ ਤੋਂ ਲੈ ਕੇ 4 ਦਿਨ ਤੱਕ ਮੀਂਹ ਪਵੇਗਾ yellow alert ਜਾਰੀ ਕੀਤਾ ਗਿਆ ਹੈ 2 ਅਗਸਤ ਨੂੰ ਪੂਰੇ ਸਵੇਰੇ ਦੇ ਵਿੱਚ ਗਰਜ ਚਮਕ ਦੇ ਨਾਲ ਭਾਰੀ ਮੀਂਹ ਪੈਣ ਦਾ ਅਲਰਟ ਹੈ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ ਪੱਛਮੀ ਮਾਲਵਾ ਦੇ ਕੁਝ ਖੇਸੇ 'ਚ ਮੀਂਹ ਦੀ ਭਵਿੱਖਬਾਣੀ ਹੈ ਫਿਰ 3 ਅਗਸਤ ਪਰਸੋਂ ਨੂੰ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ yellow alert ਹੈ ਜਦਕਿ ਪੱਛਮੀ ਮਾਲਵਾ 'ਚ ਕਿਤੇ ਕਿਤੇ ਮੀਂਹ ਪਊਗਾ 4 ਤੇ 5 ਅਗਸਤ ਨੂੰ ਮਾਝਾ ਦੁਆਬਾ ਤੇ ਪ ਪਾਰੀ ਮੀ ਪੈਂਦਾ ਯੈਲੋ ਅਲਰਟ ਹੈ ਤੇ ਪਛਮੀ ਮਾਲਵਾ ਦੇ ਵਿੱਚ ਸਿਰਫ ਥੋੜਾ ਮੀ ਪੈਣ ਦੀ ਸੰਭਾਵਨਾ ਹੈ ਅਗਲੇ 5 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ਤੇ ਹਨੇਰੀ ਤੇ ਅਸਮਾਨ ਦੇ ਵਿੱਚ ਬਿਜਲੀ ਕੜਕਣ ਦਾ ਮੌਸਮ ਬਣਿਆ ਰਹੂਗਾ 7 ਦਿਨਾਂ ਦੌਰਾਨ ਸਵੇਰੇ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਦੇ ਵਿੱਚ ਕੋਈ ਵੱਡਾ ਬਦਲਾ ਨਹੀਂ ਹੋਵੇਗਾ ਤੇ ਇਸ ਮੌਸਮ ਦੇ ਦਰਮਿਆਨ ਪੰਜਾਬ ਦੇ ਵਿੱਚ ਆਈ ਫਲੂ ਦੀ ਜਿਹੜੀ ਬਿਮਾਰੀ ਹੈ ਉਹ ਜ਼ਿਆਦਾ ਫੈਲ ਰਹੀ ਹੈ ਆਈ ਫਲੂ ਯਾਨੀ ਕਿ ਅੱਖਾਂ ਦੇ ਇਨਫੈਕਸ਼ਨ ਜ਼ਿਆਦਾਤਰ ਸਕੂਲੀ ਬੱਚਿਆਂ ਨੂੰ ਹੋ ਰਹੀ ਹੈ ਤੇ ਸਕੂਲਾਂ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਫਲੂ ਦੇ ਮਾਮਲੇ ਰੋਜ਼ਾਨਾ ਵਧ ਰਹੇ ਨੇ ਕੁਝ ਨਿੱਜੀ ਸਕੂਲਾਂ ਨੇ ਮਾਪਿਆਂ ਨੂੰ ਸਲਾਹ ਜਾਰੀ ਕੀਤੀ ਹੈ ਆਈ ਫਲੂ ਦੇ ਲੱਛਣਾਂ ਵਾਲੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਸਲਾਹ ਦਿੱਤੀ ਗਈ ਹੈ ਕੁਝ ਨਿੱਜੀ ਸਕੂਲਾਂ ਦੇ ਵਿੱਚ ਪੇਪਰ ਚੱਲ ਰਹੇ ਨੇ ਜਿਹਦੇ ਵਿੱਚ ਸਕੂਲਾਂ ਨੇ ਬੱਚਿਆਂ ਨੂੰ ਪ੍ਰੀਖਿਆ ਤੋਂ ਛੋਟ ਦੇਣ ਜਾਂ ਫਿਰ ਵੱਖ ਕਮਰੇ ਵਿੱਚ ਬੈਠ ਕੇ ਪ੍ਰੀਖਿਆ ਦੇਣ ਦੇ ਵੀ ਸੁਝਾਅ ਦਿੱਤੇ ਨੇ ਸਕੂਲਾਂ ਦੇ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਸ ਦੇ ਮੁਤਾਬਿਕ ਬੱਚਿਆਂ ਨੂੰ ਅੱਖਾਂ ਨਾਲ ਰਗੜਨ ਦੀ ਸਲਾਹ ਦਿੱਤੀ ਗਈ ਹੈ ਵਾਰੀ-ਵਾਰੀ ਪਾਣੀ ਤੇ ਸਾਬਣ ਨਾਲ ਘੱਟੋ-ਘੱਟ 20 ਸੈਕਿੰਟਾਂ ਤੱਕ ਹੱਥ ਧੋਣ ਲਈ ਕਿਹਾ ਗਿਆ ਬੱਚੇ ਆਪਣੀਆਂ ਅੱਖਾਂ ਨੂੰ ਸਾਫ਼ ਕਰਨ ਦੇ ਲਈ ਟਿਸ਼ੂ ਪ ਵਰਤੋ ਕਰਨ ਚੰਡੀਗੜ੍ਹ ਪੀਜੀਆ ਦੇ ਵਿੱਚ ਰੋਜ਼ਾਨਾ 80 ਤੋਂ ਵੱਧ ਮਾਮਲੇ ਆਈ ਫਲੂ ਦੇ ਆ ਰਹੇ ਨੇ ਜ਼ਿਆਦਾਤਰ ਸਕੂਲੀ ਬੱਚੇ ਹੀ ਦੇਖੇ ਗਏ ਨੇ ਪੀਜੀਆ ਦੇ ਵਿੱਚ ਸਪੈਸ਼ਲ ਆਈ ਕੇਅਰ ਸੈਂਟਰ ਵੀ ਬਣਾਇਆ ਗਿਆ ਜੋ ਖਾਸ ਤੌਰ ਤੇ ਆਈ ਫਲੂ ਦੇ ਮਰੀਜ਼ਾਂ ਦੇ ਲਈ ਹੈ